अच्छा शलुखान ये देखें जी मैं गढ़ बैठा हूँ ये हमारी जनाब पारक है गढ़म राजा तलामपुर सेल सा गुजारिश है जी आवाम बड़ी परेशान है अड़े इत दिल्ते जा रहे हैं बेरोजगारी बड़ी है साढ़े बारे को तहफ़ करो को अच्छा सोचो ਅਸਰ ਸਟੂਡੈਂਟ ਬੱਚੇ ਪੜ੍ਹੇ ਲਿਖੇ ਜੀ ਬਿਜ਼ਨਸ ਕਰ ਰਹੇ ਨੇ ਛੋਟਾ ਮੋਟਾ ਕੋ ਚਨੇ ਵੇਚ ਰਿਹਾ ਕੋ ਰਸਕਾ ਚਲਾ ਰਿਹਾ ਕੋਈ ਤਗਾਰੇ ਉਠਾ ਰਿਹਾ ਜੀ ਕੋਈ ਕਿਸੇ ਦੇ ਮੁਲਾਜ਼ਮਤ ਕਰ ਰਿਹਾ ਪ੍ਰਾਈਵੇਟ ਜੌਬ ਕਰ ਰਿਹਾ ਤੇ ਸ਼ਾਮੇ ਸਾਨੂੰ ਤਨਖਾਹ ਆ ਨਹੀਂ ਮਿਲਦੀ ਮਜ਼ਦੂਰੀ ਪੂਰੇ ਟਾਈਮ ਤੇ ਨਾ ਮਿਲਿਆ ਸੀ ਬੱਚਾ ਨੂੰ ਕੀ ਖਵਾਣਾ ਅਸਰ ਬੜੇ ਪਰੇਸ਼ਾਨ ਹੈ ਇਹ ਬਿਜਲੀ ਦੇ ਬਿੱਲ ਵੇਖ ਲਓ ਲੋਡ ਸ਼ੈਡਿੰਗ ਇਤਨੇ ਸਰ ਹਾਲੀ ਬਿਜਲੀ ਹੁਕਮਲਾ ਸੀ ਬਾਲੇ ਨੇ ਮਹੀਨਾ ਪੂਰਾ ਤੇ 15 ਦਿਨ ਦਾ ਬਿੱਲ ਸਾਡੇ ਦਾ ਰੈਗੂਲਰ ਟੈਕਸ ਆਇਆ ਪਿਆ ਜੀ 8 ਹਜ਼ਾਰ ਨਾਲ ਟੈਕਸ ਪਿਆ ਪਿਆ ਤੇ ਗਰੀਬ ਆਦਮੀ ਹੈ ਇਤਨੇ ਇਤਨੇ ਅਸੀਂ ਇਤਨੇ ਜ਼ਿਲ੍ਹਾ ਤੇ ਜਾ ਰਹੇ ਨੌਜਵਾਨ ਸਟੂਡੈਂਟ ਬੱਚੇ ਬੱਚਿਆਂ ਜਿਤੇਮ ਬੱਚਿਆਂ ਕੋ ਸਾਡੇ ਬਾਰੇ ਸੋਚਨ ਸਰ ਕੋ ਅੱਛਾ ਤਾਵਨ ਕਰਨ ਅਸੀਂ ਵੀ ਕਰ ਸੀ ਇਮਰਾਨ ਖਾਨ ਸਾਹਿਬ ਬਹੁਤ ਚੰਗੇ ਹਨ ਜਾਣਦੇ ਉਹਨਾਂ ਨੂੰ ਤੁਸੀਂ ਗ੍ਰਫਤਾਰ ਕੀਤਾ ਹੈ ਪਿੱਛੇ ਤੁਸੀਂ ਸਾਨੂੰ ਕੀ ਦੇਣਾ ਹੈ ਅਸੰਤਿਸ਼ਟ ਗੁਜ਼ਾਰਿਸ਼ ਹੈ ਵੀ ਕੋਈ ਅੱਛਾ ਲੀਡਰ ਆਵੇ ਇਸ ਪਾਕਿਸਤਾਨ ਨੂੰ ਕੋਈ ਅੱਛਾ ਤਾਫਸ ਦੇਵੇ ਉਹਨਾਂ ਕੋ ਸਾਡੇ ਬਾਰੇ ਸੋਚਣ ਆਵਾਮ ਸਰ ਬੜੀ ਸਲੀਮ ਦੇ ਬਾਰੇ ਜਨਾਬ ਦੇ ਖਿਆਲ ਇਹ ਦੱਸੋ ਵੀ ਜਿਹੜੀ ਸਮੋਗ ਆਈ ਏ ਜੀ ਜੀ ਸਮੋਗ ਆਈ ਏ ਇੱਕ ਆਫਤ ਹੈ ਹਾਂਜੀ ਹਾਂਜੀ ਆਵਾਮ ਹੋਰ ਦੇ ਵਿੱਚ ਸਕੂਲ ਘਰ ਮੁਰਾਜਜ ਬੰਦ ਹੋ ਗਏ ਜੀ ਜੀ ਇਹ ਦੀ ਹਾਦਸਾ ਹੈ ਨਾ ਹਕੂਮਤਾਂ ਕੇ ਕਰਨ ਕੇ ਖਿਆਲ ਹੈ ਤੁਹਾਡ ਜਨਾਬ ਸਾਡ ਸਾਡਾ ਇਹੋ ਖਿਆਲ ਹੈ ਵੀ ਕੋ ਸਾਡੇ ਨਾਲ ਅੱਛਾ ਤਾਵਨ ਕਰਨ ਕੋ ਜ਼ਿਲ੍ਹਾ ਤੋਂ ਬਚਾਵੇਂ ਇਨਸਾਨੋ ਕੋ ਡਾਕਟਰ ਅੱਛੇ ਦੇਵਣ ਇਹ ਹੁਣ ਲਾਹੌਰ ਦੇ ਦੁੱਖ ਆਵੇ ਤੇ ਘਰ ਮੁਰਾਜਜ ਆ ਬਿਆ ਨਾਲ ਹਾਂਜੀ ਇੱਥੇ ਲੋਗਾਂ ਡਰਿਆ ਐਵੇਂ ਜ਼ਿਲ੍ਹਾ ਦਿੱਤੀ ਹੋਏ ਮੇਰੇ ਬਿਰਾ ਕੋਈ ਐਸੀ ਗੱਲ ਨਹੀਂ ਅਸੀਂ ਕਲਮਾ ਮੁਹੰਮਦ ਦਾ ਪੜ੍ਹਨੇ ਆ ਅੱਛੇ ਕੰਮ ਕਰਨੇ ਆ ਨਮਾਜ਼ ਪੜ੍ਹਨੇ ਆ ਆਪਣੇ ਬੱਚੇ ਦੀ ਰੋਜ਼ੀ ਕਰਨੇ ਆ ਜੋ ਹੱਕ ਹalal ਦੀ ਕੋਸ਼ਿਸ਼ ਕਰਾਂ ਤਾਂ ਹੁੰਦੀ ਹੈ ਹਾਂਜੀ ਇਹਨਾਂ ਸਿਰੇ ਆਵਾਮ ਨੂੰ ਡਰਾ ਕੇ ਜੀ ਅੱਜ ਸਮੋਗ ਆ ਗਿਆ ਜੀ ਕਰੋਨਾ ਆਇਆ ਜੀ ਲਾਕਡਾਊਨ ਕਰ ਲਓ ਉੱਥੋਂ ਤੇ ਸ਼ਹਿਰੀ ਖਾ ਸਕਦੇ ਹੋ ਜੀ ਤੁਹਾਡੇ ਅੱਛੇ ਜੋਬ ਹੋਵਨ ਦਾ ਹੁਕਮਰਾਨਾਂ ਨੂੰ ਕੀ ਪੈਗਾਮ ਹੈ ਜਨਾਬ ਸਾਡਾ ਸਾਰਾ ਹੁਕਮਰਾਨਾਂ ਤੇ ਵੀ ਇਹ ਬਿਆਨ ਵੀ ਸਾਡੇ ਬਾਰੇ ਕੋ ਮਿਹਰਬਾਨੀ ਕਰਨ ਇਹ ਮਹੰਗਾਈ ਦਾ ਤੋੜ-ਫੋੜ ਕਰਨ ਇਹ ਵੇਖੋ ਮਹੰਗਾਈ ਕਿੰਨੀ ਜਾ ਰਹੀ ਹੈ ਹੈ ਹਜ਼ਾਰ ਰੁਪਏ ਕਿਲੋ ਘਿਓ ਗਿਆ ਖਲ ਹੈ ਇਹ ਲਾਲ ਮਿਰਚ ਵੇਖ ਲਓ ਹਰੀਆਂ ਮਰਚਾਂ ਵੇਖ ਲਓ ਜਿਨ੍ਹਾਂ ਨੂੰ 10 ਵੀ ਤੇ ਖਾਂਦਾ ਕੋਈ ਨਹੀਂ ਉਹ ਵੀ 200 200 ਰੁਪਏ ਗਿਲ ਹੋ ਗਈ ਇਹ 900 ਰੁਪਏ ਹਰੀ ਮਰਚ ਤੋਂ ਬਾਅਦ ਟਮਾਟਰ ਮਰਚਾਂ ਨੂੰ ਵੇਖ ਲਓ ਆਲੂ ਵੇਖ ਲਓ ਚੀਨੀ ਵੇਖ ਲਓ ਜੀ ਸਾਡੀ ਤਾਂ ਗੁਦਾਰਿਸ਼ ਹੈ ਪਾਕ ਫੌਨੀ ਵੀ ਅਪੀਲ ਕਰਨੇ ਆ ਕਿ ਸਾਡੇ ਬਾਰੇ ਸਰ ਕੋ ਸੋਚੋ ਅਸੀਂ ਨੌਜਵਾਨ ਭਲੇ ਲਿਖੇ ਸਟੂਡੈਂਟ ਹੋ ਕੇ ਚਨੇ ਵੇਚ ਰਿਹਾ ਮਾਪਿਆਂ ਨੂੰ ਕਿ ਤੋ ਖਵਾਈ ਲੋਕ ਸਾਨੂੰ ਆਦਿੰ ਤੁਸੀਂ ਬੱਕਰੀ ਚਾਹੁੰਦੇ ਹੋ ਜੀ ਥਾਣੇ ਢੱਕੇ ਜਾਂਦੇ ਹੋ ਮਜਬੂਰੀ ਕੰਮ ਕਰਾਂਦੇ ਨੇ ਜਿਹੜੇ ਲੋਕ ਚੋਰੀਆਂ ਕਰਦੇ ਨੇ ਹਾਂਜੀ ਤੇ ਇਮਰਾਨ ਖਾਨ ਸਾਹਿਬ ਦੇ ਬਾਰੇ ਕੀ ਖਿਆਲ ਹੈ ਉਹਨਾਂ ਨੂੰ ਹਵਾਲਾਤ ਜਿਹੜਾਣਾ ਚਾਹੀਦਾ ਕਿ ਬਾਹਰ ਆ ਕੇ ਆਵਾਮ ਦੀ ਖਿਦਮਤ ਕਰਨੀ ਸਾਰਾ ਸਾਡੇ ਤਾਂ ਗੁਜ਼ਾਰਿਸ਼ ਹੈ ਕਿ ਵਾਪਸ ਆ ਜਾਏ ਅੱਛਾ ਬੰਦਾ ਹੀ ਮੰਗਾਈ ਥੋੜੀ ਜਿਹੀ ਠੀਕ ਹੈ ਉਸ ਕੀਤੀ ਹੈ ਲੇਕਿਨ ਉਸ ਮੁਲਕ ਦੀ دہشت گردੀ ਤਾਂ ਨਹੀਂ ਫਿਲਾਈ ਐ ਜਿਵੇਂ ਹੁਣ ਵੇਖ ਲਓ ਲੋਕ ਗੱਲ ਮੋੜ ਤੇ ਜਾਂਦੇ ਜੀ 7 ਕਿਲੋਮੀਟਰ ਸਫ਼ਰ ਕਰ ਰਹੇ ਨੇ ਤੇ ਮੋਟਰਸਾਈਕਲ ਰਾਤੀ ਖੋ ਲੈਂਦੇ ਨੇ ਦੋ ਚਾਰ ਦਰਾਂ ਦੀ ਜੇਬ ਵਿੱਚ ਹੋਵੇ ਉਹ ਵੀ ਲੈ ਲੈਂਦੇ ਨੇ ਮਾਰਦੇ ਉੱਤੋਂ ਵੀ ਇਹ ਚੋਰ ਵੇਥੋਂ ਹੁੰਦਾ ਹੁੰਦਾ ਬਰਾਵਾ ਹੈ ਸਿਰੇ ਆਵਾਮ ਨੂੰ ਚਵਲ ਬਣਾਈ ਵੈਂਦੇ ਰਾਤ ਦੇ ਸਾ ਢੱਕੇ ਖਲੇ ਜਾਂ ਛੁੱਟੇ ਖਲੇ ਇਹ ਕੋਈ ਸਿਆਸਤ ਹੈ ਇਹ ਕੋਈ ਜ਼ਿੰਦਗੀ ਹੈ ਜੋ ਗਰੀਬੀ ਸਾ ਦੇਖਿਓਣਾ ਹਾਰ ਕੀਰ ਦੇ ਵਿੱਚ ਜਨਾਬ ਨਾਲ ਜ਼ਿਆਤੀ ਹੋਈ ਹੈ ਹਾਂਜੀ ਸਰ ਮੇਰੇ ਨਾਲ ਹੀ ਜ਼ਿਆਤੀ ਹੋ ਗਈ ਹੈ ਥਾਣੇ ਵਾਲੇ ਤੁਹਾਡੇ ਕੋਈ ਤਾਅਨ ਕੀਤਾ ਹੈ ਸਰ ਸਾਡੇ ਨਾਲ ਕਿਹੜਾ ਤਾਅਨ ਹੈ ਜੀ ਮੈਂ ਮੋਦਾ ਹੀ ਹਾਂ ਮਤੋਂ ਨਾ ਮੈਨੂੰ ਵੀ ਢੱਕ ਦਿੱਤਾ ਮੁੱਲ ਤੋਂ ਵੀ ਨਾਲ ਢੱਕ ਦਿੱਤਾ ਇਹ ਤਾਂ ਹਫਸੇ ਇੱਥੇ ਐਸਓ ਜੀ ਸਾਹਿਬ ਆਸਫ अली ਖਾਨ ਲੱਗੇ ਰਹੇ ਹਨ ਰਾਹੁਲ ਭਿੰਡੀ ਦੇ ਜ਼ਿਲ੍ਹਾ ਜੰਗ ਅਜਕਲ ਜੌਬ ਕਰ ਰਹੇ ਹਨ ਡਿਊਟੀ ਕਰ ਰਹੇ ਹਨ ਉਹ ਰੈਂਦ ਗਰੀਬ ਖੁਚ ਰਹਿਣ ਜੀ ਹਾਂਜੀ ਹੁਣ ਇਹ ਸਭ ਨਵਾਂ ਆਇਆ ਹੈ ਇਹ ਦੱਸੋ ਬੱਡਾ ਸਾਹਿਬ ਅਸਦਦੀ ਖਾਨ ਜਨਾਬ ਨੂੰ ਜਦੋਂ ਕੋਬ ਕੀਤਾ ਜਾ ਰਹੇ ਮਾਰੇ ਜਾ ਰਹੇ ਤੇ ਮੁਲਜ਼ਮਾਨ ਉਹਨਾਂ ਅਖੇ 15 ਤੇ ਕਾਲ ਕਰੋ ਸੱਡੋ ਪੁਲਿਸ ਇਹ ਗੱਲ ਸਰ ਉਹਨਾਂ ਸਰ ਪ੍ਰੈਸ਼ਰ ਬਾਇਆ ਨਾ ਇੱਕ ਜ਼ਿੱਲਾ ਦੇਣ ਵਾਸਤੇ ਗਰੀਬ ਆਦਮੀ ਆਪਣੀ ਮਜ਼ਦੂਰੀ ਕਰ ਰਿਹਾ ਚਨੇ ਵੇਚ ਰਹਾ ਬਾਜ਼ਾਰ ਵਿੱਚ ਸਰ ਚਨੇ ਖਾਸੋ ਇਹ ਆਖਣਾ ਕੋਈ ਜੁਰਮ ਹੈ ਉਹ ਘਰ ਦੇ ਸ਼ਿਕਵੇ ਗਿਲੇ ਵਾਲੀ ਕਾਵਰ ਸਾਥੇ ਨਿਕਲ ਗਈ ਜਿਹੜੇ ਮੁਲਜ਼ਮਾ ਜਨਾਬ ਨੂੰ ਮਾਰਿਆ ਉਹਨਾਂ ਤੇ ਅੱਗੇ 376 ਦਾ ਪਰਚਾ ਵੀ ਹੈ ਪਰਚੇ ਚਲਦਾ ਪਿਆ ਨਾ ਉਹਨਾਂ ਦੇ ਤਾਂ ਹਾਈ ਕੋਰਟ ਪੇਸ ਚਲਦਾ ਪਿਆ ਜੀ ਇਤਨੇ ਬਾ ਅਸਰ ਤਹੈਨ ਉਹਨਾਂ ਨੂੰ ਪੁਲਿਸ ਵੀ ਕੁਝ ਨਹੀਂ ਆਖਦੀ ਬਹੁਤ ਖਰਚਾ ਹੈ ਨਾ ਜੀ ਪੈਸਾ ਚਲਦਾ ਪਿਆ ਅਸੀਂ ਗਰੀਬ ਆਦਮੀ ਆ ਸ਼ਰੀਫ ਲੋਗ ਹੈ ਅਸੀਂ ਹਯਾ ਕਰ ਜਾਂਦੇ ਨੇ ਬੰਦੇ ਸਿਰੇ ਚੜੇ ਜਾਂਦੇ ਨੇ ਅਗਰ ਉਹਨਾਂ ਨੂੰ ਨਥ ਪਾਈ ਜਾਂਦੀ ਸ਼ੁਰੂ ਦੇ ਵਿੱਚ ਤੇ ਜਨਾਬ ਨਾ ਇੱਕ ਹਮ ਦਾ ਨਾ ਹੋਵੇ ਆ ਭਈ ਜਿਨ੍ਹਾਂ ਨਜਾਇਜ਼ ਇੱਕ ਬੱਚੀ ਦਿਨ ਸੈਲਟ ਕੀਤੀ ਉਹ ਤਾਂ ਘਰ ਤਬਾਹ ਕੀਤੇ ਐ ਪੰਜਵੇਂ ਮੁਹਰਮ ਨਾਲ 10 ਬੰਦੇ ਰਲ ਕੇ ਪ੍ਰਾਇਮਰੀ ਸਕੂਲ ਬਾਬਾ ਨੂਰ ਸ਼ਾ ਰੋਡ ਹਮਾਰੇ ਗੜ ਮੁਰਾਜੇ ਵਾਲਾ ਵੱਡਾ ਘਟਿਆ ਕੰਮ ਕੀਤੇ ਬੱਚੀ ਦੀ ਜ਼ਿੰਦਗੀ ਤਬਾਹ ਕੀਤੀ ਜ਼ਨਾਹ ਕੀਤਾ ਹਰਮ ਜ਼ਿੰਦਗੀ ਕੀਤੀ ਉਹ ਸਰ ਸ਼ਰੀਫ ਹੋ ਗਏ ਤੇ ਅਸੀਂ ਜਿਹੜੇ ਸਰ ਆਪਣੀ ਮਜ਼ਦੂਰੀ ਕਰ ਰਹੇ ਆ ਵੇਖੋ ਜੀ ਚਨੇ ਵੇਚ ਰਹੇ ਆ ਅਸੀਂ ਕੀ ਗੁਨਾਹ ਕਰਦੇ ਫਿਰਦੇ ਆ ਜੋ ਅਸੀਂ ਇਹ ਵੀ ਕੰਮ ਨਾ ਘਰੇ ਦਿੱਤੀ ਕਿ ਕਿਤੂ ਖਾਣਾ ਅਸੀਂ ਕਿ ਅਸੀਂ ਵੀ ਸੁਣੇ ਵੀ ਜਨਾਬ ਚਨੇ ਵੀ ਬੱਚਨ ਨੂੰ ਫਰੀਦ ਦੇ ਨੇ ਕਿ ਸਾਰ ਅਸੀਂ ਦੇ ਰਹੇ ਹਾਂ ਵੀ ਇੱਕ ਯਤਿਮ ਬੱਚਾ ਆ ਜਾਵੇ ਸਰ ਮੇਰੇ ਕੋਲ ਪੈਸੇ ਨਹੀਂ ਮੇਰੇ ਮਮਾ ਨਹੀਂ ਹੈ ਮਾਰੇ ਪਾਪਾ ਨਹੀਂ ਹੈ ਤੇ ਅਸੀਂ ਤਾਂ ਹਾਜ਼ਰ ਹੈ ਅਸੀਂ ਗਰੀਬ ਆਦਮ ਜੀਤੇ ਸਾਨੂੰ ਅੱਲਾਹ ਪਾਕ ਦੇਣਾ ਐਸਾ ਤਾਂ ਬੱਚਨ ਖਵਾਣਾ ਸਾਡੀ ਤਾਂ ਖੁਆਇਸ਼ ਹੈ ਵੀ ਅੱਲਾਹ ਪਾਕ ਸਾਨੂੰ ਕੋ ਰਿਜ਼ਕ ਦਿੰਦਾ ਤੇ ਅਸੀਂ ਬੰਦੇ ਨੂੰ ਖਵਾਈ ਆ ਜੋ ਅੱਲਾਹ ਸਾਨੂੰ ਰੱਖਿਆ ਉਹ ਕਾ ਤੇ ਅਸੀਂ ਮੌਲਵੀ ਸ਼ੁਕਰਗੁਜ਼ਾਰ ਹਾਂ ਅੱਲਾਹ ਦੀ ਜ਼ਾਤ ਦਾ ਲਖਤ ਕਰੋੜ ਵਾਰੇ ਬਸ ਆਪਣਾ ਸ਼ਾਮੀ 1200 ਸਰ ਕਮਾਨੇ ਹੈ 5600 ਜਿਹੜਾ ਵੀ ਬੱਚੇ ਸਾਡੀ ਕੋਸ਼ਿਸ਼ ਹੁੰਦੀ ਬਈ 500 ਦਰਸ ਦਿੱਤਾ ਵੰਜੀ 500 ਅਸੀਂ ਬਾਹਰ ਗਾਇ ਦੇ ਵੀ ਬਾਕੀ 2 400 ਅਸੀਂ ਆਪ ਖਾ ਲਈ ਸਪੀਚ ਸੁਣੀਏ ਤੇ ਅਸੀਂ ਵੀ ਇਹ ਆਖਣਾ ਚਾਹੁੰਦੇ ਆ ਜਨਾਬ ਆਪਣੇ ਆਪਣੇ ਮੋਲਕ ਦੇ ਨੁਮਾਇੰਦਿਆਂ ਨੂੰ ਸਾਬਕਾ ਹਕੂਮਤਾਂ ਨੂੰ ਆਉਣ ਵਾਲੀ ਹਕੂਮਤਾਂ ਨੂੰ ਤੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਕਿ ਆਵਾਮ ਮਹਿੰਗਾਈ ਦੀ ਚੱਕੀ ਵਿੱਚ ਪਿਸ ਚੁੱਕੀਏ ਤੇ ਨਵੀਂ ਹਕੂਮਤ ਜਿਹੜੀ ਵੀ ਆਵੇ ਉਹਨਾਂ ਨੂੰ ਰਿਕਵੈਸਟ ਹੈ ਚੀਨੀ ਆਟਾ ਵਗੈਰਾ ਸਸਤੇ ਕੀਤੇ ਜਾਵੇ ਤਾਂ ਕਿ ਆਵਾਮ ਨੂੰ ਰਿਲੀਫ ਦਿੱਤਾ ਜਾਵੇ ਉਹ ਸਾਡਾ ਮੁਲਕ ਅੱਗੇ ਜਨਾਬ ਵੱਧ ਸਕੇ ਤੇ ਸੂਬੇ ਜਾਤ ਮੁਲਕ ਦੇ ਜਿਹੜੇ ਸੂਬੇ ਸਾਡੇ 4 ਸੂਬੇ ਜਨਾਬੇ ਵਾਲੀ ਸੂਬੇ ਜ਼ਿਆਦਾ ਕੀਤੇ ਜਾਵਣ ਤਾਂ ਕਿ ਹਰ ਸੂਬੇ ਨੂੰ ਆਪਣਾ ਹੱਕ ਦਿੱਤਾ ਜਾਵੇ ਇਹ ਸਾਤ ਤੋਂ ਬਾਅਦ ਮਾਰਜ਼-ਏ-ਵजूद ਹੈ ਚਾਹਿਆ ਬੰਗਲਾਦੇਸ਼ ਉਹਨਾਂ ਦੇ 9 ਸੂਬੇ ਨੇ ਸਟਾਰਟ ਦੇ ਵਿੱਚ 1947 ਚ ਇੰਡੀਆ ਆਇਆ ਉਹਨਾਂ ਦੇ 9 ਸੂਬਿਆਂ ਈਰਾਨ ਜਨਾਬ 31 ਸੂਬੇ ਨਾਲ ਤੇ ਸਾਡਾ ਪਾਕਿਸਤਾਨ 5 ਕਰੋੜ ਦੀ ਆਬਾਦੀ ਦੇ ਨਾਲ ਚਾਰ ਸੂਬਿਆਂ ਤੇ ਜਨਾਬ ਉਹਨਾਂ ਬਿਲਕੁਲ ਇਖਤਤਾਮ ਕਰ ਦਿੱਤਾ ਹੈ ਜਦੋਂ ਵੀ ਪੰਜਾਬ ਨੂੰ ਸੂਬਾ ਬਣਾਇਆ ਜਾਵੇ ਤੇ ਹਰ ਸੂਬੇ ਨੂੰ ਅਲੱਗ-ਅਲੱਗ ਹੱਕ ਦਿੱਤੇ ਜਾਵੇ ਇਹਦੇ ਨਾਲ ਹੀ ਜਨਾਬ ਸਾਡਾ ਇਖਤਤਾਮ ਹੈ ਅੱਲਾਹ ਫੇ ਬੜੀ ਮੰਗਾਈਏ ਸਰ ਅਸੀਂ ਕੀ ਕਰੀਏ ਹੈ ਅਸੀਂ ਬੜੇ ਪਰੇਸ਼ਾਨ ਹੈ ਸਾਡੇ ਬਾਰੇ ਕੋ ਸੋਚੋ ਅੱਛਾ ਕਰੋ ਕੇ ਕੀ ਦਿਖਾ ਲਓ